ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ। ਇਸ ਮੌਕੇ ਉਹਨਾਂ ਆਮ ਸ਼ਰਧਾਲੂ ਦੀ ਤਰ੍ਹਾਂ ਹਰਿਮੰਦਰ ਸਾਹਿਬ ਦੀ ਪਰਿਕਰਮਾ ਕੀਤੀ ਅਤੇ ਦੇਸ਼ ਦੁਨੀਆ ਵਿੱਚ ਅਮਨ ਅਤੇ ਸ਼ਾਂਤੀ ਦੀ ਅਰਦਾਸ ਕੀਤੀ, ਨਾਲ ਹੀ ਮਿਲੀ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਸ਼ਕਤੀ ਦੇਣ ਦੀ ਅਰਦਾਸ ਵੀ ਕੀਤੀ। ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਹੁਣ ਪੰਜਾਬ ਵਿੱਚ ਅਕਾਲੀ ਭਾਜਪਾ ਦੀ ਸਰਕਾਰ ਦੇ ਨਾਲ ਨਾਲ ਕੇਂਦਰ ਵਿੱਚ ਵੀ NDA ਸਰਕਾਰ ਹੈ ਤਾਂ ਸਿੱਖ ਵਿਰੋਧੀ ਦੰਗਾ ਪੀੜਤਾਂ ਨੂੰ ਇਨਸਾਫ਼ ਅਤੇ ਚੰਡੀਗੜ੍ਹ ਪੰਜਾਬ ਨੂੰ ਦਿਵਾਉਣ ਵਰਗੇ ਮੁੱਦਿਆਂ ਉੱਤੇ ਉਹ ਜੋ ਵੀ ਕਰ ਸਕਣਗੇ ਕਰਨਗੇ। ਅਰੁਣ ਜੇਤਲੀ ਦੇ ਅੰਮ੍ਰਿਤਸਰ ਤੋਂ ਹਾਰਨ ਨੂੰ ਉਹਨਾਂ ਨੇ ਕਾਫ਼ੀ ਮੰਦਭਾਗਾ ਦੱਸਿਆ। ਉਹਨਾਂ ਕਿਹਾ ਕਿ ਅਰੁਣ ਜੇਤਲੀ ਨੇ ਭਰੋਸਾ ਦਵਾਇਆ ਕਿ ਉਹ ਅੰਮ੍ਰਿਤਸਰ ਨੂੰ ਆਪਣੀ ਪ੍ਰਮੁੱਖ ਸ਼੍ਰੇਣੀ ਦੇ ਵਿੱਚ ਰੱਖਣਗੇ। ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ। ਜੇ 5 ਸਾਲ ਮੈਨੂੰ ਪਹਿਲੇ ਗੁਰੂ ਸਾਹਿਬ ਨੇ ਸੇਵਾ ਦਿੱਤੀ ਤੇ ਮੈਂ ਗੁਰੂ ਨੂੰ ਮੁੱਖ ਰੱਖਦੇ ਹੋਏ ਉਹ ਸੇਵਾ ਕੀਤੀ। ਗਾਂ 5 ਸਾਲ ਉਹਨਾਂ ਨੇ ਹੁਣ ਦੇਸ਼ ਦੀ ਸੇਵਾ ਦਿੱਤੀ ਹੈ। ਜਿਵੇਂ ਮੇਰੇ ਮਾਲਕ ਚਾਹਣਗੇ ਉਹਨਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਕੇ ਉਹਨਾਂ ਦੇ ਚਰਨਾਂ 'ਚ ਮੈਂ ਚੱਲਾਂਗੀ। ਜਿਹੋ ਜਿਹੀ ਸੇਵਾ ਉਹਨਾਂ ਦੀ ਭਾਂਦੀ ਉਹੋ ਜਿਹੀ ਸੇਵਾ ਲੈ ਲਓ। ਮੇਰੇ ਕੋਲ ਇਹੋ ਜਿਹੀ ਮਤ ਬੁੱਤ ਨਹੀਂ ਕਿ ਮੈਂ ਕਿਹਨੂੰ ਸਜ਼ਾ ਦਿਲਵਾਵਾਂ, ਕੀ ਕੰਮ ਕਰਾਂ ਕੀ ਨਹੀਂ ਕਰਾਂ। ਇਹ ਇੰਨੀ ਵੱਡੀ ਜ਼ਿੰਮੇਵਾਰੀ ਹੈ ਕਿ ਮੇਰੇ ਛੋਟੇ ਜਿਹੇ ਮੁੰਡੇ ਇਹਨਾਂ ਦੇ ਵਾਸਤੇ ਬਹੁਤ ਛੋਟੇ ਪੈ ਜਾਂਦੇ ਨੇ। ਲੇਕਿਨ ਗੁਰੂ ਦਾ ਓਟ ਆਸਰਾ ਜਦ ਹੁੰਦਾ ਹੈ, ਤੂੰ ਭਾਰੋ ਸਵਾਮੀ ਮੇਰਾ ਸੰਤਾ ਪਰਵਾਸਾ ਮੇਰਾ। ਜਦ ਗੁਰੂ ਸਾਹਿਬ ਨਾਲ ਹੁੰਦੇ ਨੇ ਤਾਂ ਕਿਸੇ ਚੀਜ਼ ਦਾ ਡਰ ਨਹੀਂ। ਉਹਨਾਂ ਦਾ ਓਟ ਆਸਰਾ ਹੈਗਾ ਜਿਵੇਂ ਸੇਵਾ ਲੈਣਗੇ ਡਟ ਕੇ ਤਕੜੇ ਹੋ ਕੇ ਉਹ ਸੇਵਾ ਵੀ ਕਰਾਂਗੇ ਅਤੇ ਉਮੀਦ ਕਰਾਂਗੇ ਕਿ ਕਿਸੇ ਦੀ ਜ਼ਿੰਦਗੀ ਵਿੱਚ ਕੋਈ ਚੰਗਾ ਫਰਕ ਵੀ ਪਾ ਸਕੇ। ਪ੍ਰਧਾਨ ਮੰਤਰੀ ਜੀ ਦੀ ਵੱਡੀ ਸਾਰੀ ਟੀਮ 'ਚ ਇੱਕ ਛੋਟਾ ਜਿਹਾ ਕਿਨਕਾ ਜਿਹਾ ਸੇਵਾਦਾਰ ਆ। ਜਿਹੋ ਜਿਹੇ ਸਾਡੇ ਲੀਡਰ ਪ੍ਰਧਾਨ ਮੰਤਰੀ ਸਾਹਿਬ ਜਿਹੋ ਜਿਹੀ ਪ੍ਰਾਇਓਰਿਟੀ ਰੱਖਾਂਗੇ, ਜਿਹੋ ਜਿਹੇ ਉਹ ਨਿਸ਼ਾਨੇ ਦਿਖਾਉਣਗੇ, ਜਿਹੋ ਜਿਹਾ ਮਾਰਗ ਉਹ ਦਿਖਾਉਣਗੇ, ਉਸ ਮਾਰਗ 'ਚ ਚੱਲਣਾ ਮੇਰਾ ਫਰਜ਼ ਬਣਦਾ ਹੈਗਾ। ਅਤੇ ਪੂਰਾ ਪੂਰਾ ਯੋਗਦਾਨ ਪਾ ਕੇ, ਇਮਾਨਦਾਰੀ ਦੇ ਨਾਲ, ਮਿਹਨਤ ਦੇ ਨਾਲ ਆਪਣਾ ਪੂਰਾ ਯੋਗਦਾਨ ਪਾ ਕੇ ਉਹਨਾਂ ਨਿਸ਼ਾਨਿਆਂ ਤਾਈਂ ਪਹੁੰਚੋ ਜਿਵੇਂ ਸਾਡੇ ਲੀਡਰ ਸਾਨੂੰ ਪਸੰਦ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।